ਕੁਸਤਕ ਇਹ ਸੜਕ ਨਾਮਾ ਨਹੀਂ ਤਾਂ ਅਗਲਾ ਅੰਗ ਹੈ ਰਾਜਸਥਾਨ ਦੀ ਰਾਜਧਾਨੀ ਗੁਲਾਬੀ ਮਹਾਨਗਰ ਜੈਪੁਰ ਵੱਲ 28 ਜੂਨ 2002 ਅਸੀਂ 6 ਵਜੇ ਤੱਕ ਤਿਆਰ ਹੋ ਗਏ ਕਾਰ ਚ ਬੈਠਣ ਤੋਂ ਪਹਿਲਾਂ ਸਤੀਸ਼ ਅਖਬਾਰ ਲੈ ਆਏ ਆ ਮੁੰਬਈ ਸ਼ਹਿਰ ਚ ਭਾਰੀ ਵਰਖਾ ਕਾਰਨ ਪੁਲ ਟੁੱਟਿਆ 92 ਵਿਅਕਤੀਆਂ ਦੀ ਮੌਤ ਰੇਲਾਂ ਦੀ ਆਵਾਜ਼ ਆਵਾਜ਼ਾਈ ਠੱਪ ਗੁਜਰਾਤ ਚ ਲਗਾਤਾਰ ਬਰਸਾਤ ਕਾਰਨ ਅਹਮਦਾਬਾਦ ਮੁੰਬਈ ਰੇਲ ਸੇਵਾ ਬੰਦ ਖਬਰਾਂ ਪੜ ਪੜ ਅਸੀਂ ਸਾਰੇ ਹੈਰਾਨ ਹੋ ਰਹੇ ਸੀ ਭਲੇ-ਵਿਲੇ ਨਾਲ ਹੀ ਤੁਰ ਪਏ ਹਸਦਿਆਂ ਸਦੀਸ਼ ਨੇ ਕਿਹਾ ਜੇ ਇੱਕ ਦਿਨ ਹੋਰ ਰੁਕਣ ਦਾ ਲਾਲਚ ਕਰ ਲੰਦੇ ਤਾਂ ਦਰਸ਼ਨ ਨੂੰ ਮਨਜੀਤ ਯਾਦਗਾਰੀ ਰਸਮ ਟੈਲੀਫੋਨ ਰਾਹੀਂ ਅਦਾ ਕਰਨੀ ਪੈਣੀ ਸੀ ਗੁਰ ਇਕਬਾਲ ਨੇ ਕਿਹਾ ਤਾਂ ਦਰਸ਼ਨ ਬੋਲੇ ਉਹ ਵੀ ਆ ਲੱਕੀ ਆ ਉਹਨੇ ਫੇਰ ਦੋਆ ਹੱਥਾਂ ਨਾਲ ਤਿੰਨ ਕ ਤਾੜੀਆਂ ਮਾਰੀਆਂ ਸੰਘਣੀ ਬੱਦਲ ਵਾਈ ਸੀ ਕਾਰ ਦਾ ਏਸੀ ਚੱਲ ਰਿਹਾ ਸੀ ਡਰਾਈਵਰ ਟੈਕਰੀਚ ਸੀ ਸੜਕ ਸਾਫ ਸੁਥਰੀ ਸੀ ਜੇ ਅਖਬਾਰਾਂ ਦੀਆਂ ਸੁਰਖੀਆਂ ਵੱਲ ਬਹੁਤਾ ਧਿਆਨ ਨਾ ਦਈਏ ਤਾਂ ਕੁੱਲ ਮਿਲਾ ਕੇ ਮੌਸਮ ਬੇਹੱਦ ਸੁਹਾਵਣਾ ਸੀ ਖੇਤਾਂ 'ਚ ਮੋਰ ਫਿਰ ਰਹੇ ਸਨ ਇੱਕ ਤਾਂ ਆਪਣੇ ਸਾਥਰ ਨੂੰ ਰਿਝਾਉਣ ਲਈ ਪਹਿਲ ਵੀ ਪਾ ਰਿਹਾ ਸੀ ਕਾਰ ਸਫ਼ਰ ਦੀਆਂ ਤਹਾਂ ਲਾਉਂਦੇ ਜਾ ਰਹੀ ਸੀ ਲੱਗਦਾ ਆਪਾਂ ਰਾਜਸਥਾਨ ਵਿੱਚੋਂ ਦੀ ਲੰਘ ਰਹੇ ਹਾਂ ਚਾਰ ਚੁਫੇਰੇ ਹਰੀਆਬਲ ਵੇਖ ਕੇ ਅਸਤੀਤਿ ਨੇ ਪੁੱਛਿਆ ਫਿਰ ਆਪ ਹੀ ਬੋਲੇ Rajasthan ਅਸਲੀ ਤਾਂ ਉਹ ਸੀ ਜਿੱਥੇ ਰੇਤ ਦੇ ਟਿੱਬਿਆਂ ਉੱਪਰ ਸਿਖਰ ਦੁਪਹਿਰੇ ਨੰਗ ਢੜੰਗੇ ਬੱਚੇ ਸਾਈਕਲ ਦੇ ਪੁਰਾਣੇ ਟਾਇਰ ਨਾਲ ਖੇਡ ਰਹੇ ਸੀ ਤੇ ਆਪਾਂ ਨੂੰ ਦੇਖ ਕੇ ਕਿਵੇਂ ਚੰਮਲੇ ਸੀ ਜਾਂਦਿਆਂ ਹੋਇਆਂ ਸतीश ਨੂੰ ਬੀਕਾਨੇਰ ਦੇ ਆਸੇ ਪਾਸੇ ਦਾ ਖੇਤਰ ਯਾਦ ਆ ਗਿਆ ਬਟ ਇਟਸ ਲਵਲੀ ਦਰਸ਼ਨ ਨੇ ਕੈਨੇਡਾ ਵਾਲਿਆਂ ਵਾਂਗ ਵਿੰਗਾ ਜਿਹਾ ਮੂੰਹ ਬਣਾਉਂਦਿਆਂ ਕਿਹਾ ਅੱਗੇ ਨਿਵਾਸੀ ਦੇ ਪਹਾੜ ਉੱਪਰ ਲੰਮਾ ਕਿਲਾ ਉਸਾਰਿਆ ਦਿਸਿਆ ਪਹਾੜੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਆਸੇ-ਪਾਸੇ ਦੀਆਂ ਪਹਾੜੀਆਂ ਉਪਰ ਛੋਟੇ-ਛੋਟੇ ਮੱਠ ਜੇ ਬਣੇ ਸੀ ਇਹਨਾਂ 'ਚ ਇੱਕ ਜਾਂ ਦੋ ਬੰਦੇ ਹੀ ਬੈਠ ਸਕਦੇ ਆ ਉਸ ਵੇਲੇ ਸ਼ਾਇਦ ਇੱਥੇ ਨਿਗਰਾਨ ਜਾਂ ਪੈਰੂਏ ਬੈਠਦੇ ਹੋਣਗੇ ਜਿਹੜੇ ਡੱਗਿਆਂ ਜਾਂ ਨਗਾਰਿਆਂ ਦੇ ਸੰਕੇਤਾਂ ਰਾਹੀਂ ਕਿਸੇ ਆਉਣ ਵਾਲੇ ਦੁਸ਼ਮਣ ਜਾਂ ਦੋਸਤ ਦੀ ਸੂਚਨਾ ਦਿੰਦੇ ਹੋਣਗੇ ਫਿਰ ਰਾਜੇ ਮਹਾਰਾਜੇ ਉਹਨਾਂ ਦੇ ਸਵਾਗਤ ਲਈ ਜਾਂ ਉਹਨਾਂ ਲਈ ਯੁੱਧ ਲਈ ਫਰਮਾਨ ਜਾਰੀ ਕਰਦੇ ਹੋਣਗੇ ਅਸੀਂ ਜਿੱਥੇ ਵੀ ਕਿਲੇ ਵੇਖੇ ਉਹਨਾਂ ਦੇ ਲਾਗ ਲੀਆਂ ਪਹਾੜੀਆਂ ਉੱਪਰ ਇਸ ਤਰ੍ਹਾਂ ਦੇ ਮੱਠ ਬਣੇ ਹੋਏ ਸੀ ਹੋ ਸਕਦਾ ਡੱਗਿਆਂ ਦੀ ਆਵਾਜ਼ ਦੇ ਸੰਕੇਤ ਵੀ ਕਿਸੇ ਕੋਡ ਦਾ ਕੰਮ ਕਰਦੇ ਹੋਣ ਗੁਰੂ ਇਕਬਾਲ ਨੇ ਦੱਸਿਆ ਉਦੋਂ ਅਕਬਰ ਬਾਦਸ਼ਾਹ ਦੇ ਸ਼ਾਸਨ ਕਾਲ ਜਾਂ ਉਹਨਾਂ ਦੀ ਸੂਈਏ ਏਜੰਸੀ ਇਹ ਨਹੀਂ ਤਕੜੀ ਸੀ ਉਧਰ ਕਈ ਦਰਾ ਖੈਬਰ ਤੋਂ ਲਸ਼ਕਰ ਕੂਚ ਕਰਦਾ ਸੀ ਇੱਧਰ ਇੱਕ ਦਿਨ ਦੇ ਅੰਦਰ ਅੰਦਰ ਅਕਬਰ ਕੋਲ ਸੂਚਨਾ ਪਹੁੰਚ ਜਾਂਦੀ ਸੀ ਇੱਥੇ ਤਾਂ ਸੰਸਾਰ ਦੀ ਸਭ ਤੋਂ ਵੱਡੀ ਇੰਟੈਲੀਜੈਂਸੀ ਨੂੰ ਪਤਾ ਨਹੀਂ ਲੱਗਿਆ ਕਿ ਕਿੰਨੇ ਮਹੀਨਿਆਂ ਤੋਂ ਉਹਨਾਂ ਦਾ ਵਿਸ਼ਵ ਟ੍ਰੇਡ ਸੈਂਟਰ ਤੇ ਢੇਰੀ ਕਰਨ ਦੀਆਂ ਯੋਜਨਾਵਾਂ ਬਣਦੀਆਂ ਪਈਆਂ ਤੇ ਉਹਨਾਂ ਸਾਰੀ ਦੁਨੀਆ ਹਿਲਾ ਦਿੱਤੀ। ਸतीश ਬੋਲੇ ਅੱਲਾਏ ਲੁਧਿਆਣੇ ਵਾਲਾ ਬਾਪੂ ਆ ਸਾਰਾ ਮੈਥੇ ਵੀ ਗਊਸ਼ਾਲਾ ਖੋਲੀ ਬੈਠਾ ਹੈ। ਸੱਜੇ ਹੱਥ ਇੱਕ ਆਸ਼ਰਮ ਦਾ ਬੋਰਡ ਪੜ੍ਹ ਕੇ ਗੁਰਇਕਬਾਲ ਹੈਰਾਨ ਹੋਇਆ। ਲੁਧਿਆਣੇ ਵਾਲੇ ਥਾਂ ਥਾਂ ছਾਏ ਹੋਏ ਨੇ। ਸतीश ਆਕੇ ਹੱਸ ਪਿਆ। ਦਰਸ਼ਨ ਗਿੱਲ ਨੇ ਹੌਲੀ ਜੀ ਸतीश ਦੀ ਸੀਟ ਦੇ ਪਿਛਲੇ ਪਾਸੇ ਬੜੀ ਪਾਕਟ ਚੋਂ ਪੂਜੀਏ ਦਾ ਪੈਕਟ ਕੱਢਿਆ ਤੇ ਬ੍ਰੇਕਫਾਸਟ ਕਰਨ ਲੱਗਾ ਹੋ ਗਈ ਕਾਰਵਾਈ ਸ਼ੁਰੂ ਮੈਂ ਛੇੜਿਆ ਯਾ ਉਹਨੇ ਲਾਪਰਵਾਹੀ ਨਾਲ ਕਿਆ ਤੇ ਤਲੀ ਉੱਪਰ ਰੱਖਿਆ ਪੂਜੀਆ ਠੰਗਣ ਲੱਗਦੇ ਆ ਫਿਰ ਰਾਮਪੁਰ ਰਾਮਪੁਰਾ ਤੋਂ ਸਾਰੇ ਰਾਮਪੂਰੀ ਲੇਖਕ ਯਾਦ ਆ ਗਏ ਮਰਹੂਮ ਸੁਰਜੀਤ ਰਾਮਪੂਰੀ ਬਾਰੇ ਵੀ ਗੱਲਾਂ ਹੋਈਆਂ ਸਤੀਸ਼ ਨੇ ਗੁਰਚਰਨ ਰਾਮਪੂਰੀ ਦੇ ਪੂਰੇ ਕਾਵ ਸੰਗ੍ਰਹਿ ਅੱਜ ਤੋਂ ਆਰੰਭ ਤੱਕ ਦਾ ਜ਼ਿਕਰ ਕੀਤਾ ਚਕਸ਼ੂ ਬਿਲ ਦਾ ਸੰਗਨੌਰ ਲੰਘਦੇ ਅਸੀਂ 8:30 ਵਜੇ ਪਿੰਕ ਸਿਟੀ ਜੈਪੁਰ ਚ ਪ੍ਰਵੇਸ਼ ਕਰ ਗਏ ਸਭ ਤੋਂ ਪਹਿਲਾਂ ਸਟੇਜ ਨੇ ਗਿਆ ਕਿਤੇ ਨਾਸ਼ਤਾ ਕਰੀ ਕਿਸੇ ਚੰਗੇ ਹੋਟਲ ਦੀ ਪਾਲ ਵਿੱਚ ਸੀ ਸਾਹਮਣੇ ਚ ਰਸਤੇ ਚ ਬਿਰਲਾ ਮੰਦਿਰ ਆ ਗਿਆ ਇੱਥੇ ਪਾਰਕਿੰਗ ਵੀ ਸੀ ਇੱਕ ਜਗ੍ਹਾ ਕਾਰ ਰੋਕੀ ਜਦੋਂ ਡਰਾਈਵਰ ਮੰਦਿਰ ਦੇ ਸਾਹਮਣੇ ਖੜ ਕੇ ਸ਼ਰਧਾ ਨਾਲ ਹੱਥ ਜੋੜ ਕੇ ਨਮਸਕਾਰ ਕਰ ਰਿਹਾ ਸੀ ਉਦੋਂ ਨੂੰ ਦਰਸ਼ਣ ਨੇ ਇੱਕ ਪਾਸੇ ਹੋ ਕੇ ਸਿਗਰਟ ਬਾੜ ਲਈ ਸੀ ਤੇ ਉਹਦੇ ਮੂੰਹ ਚੋਂ ਨਿਕਲਿਆ ਧੂਆ ਮੰਦਿਰ ਦੇ ਕਲਸ਼ਵਲ ਉੱਪਰ ਉੱਠ ਰਿਹਾ ਸੀ ਇੱਥੇ ਸਿਗਰਟ ਪੀਣਾ ਪਬਲੀਕਲੀ ਵਰਜਿਤ ਹੋਏਗਾ ਗੁਰ ਇਕਬਾਲ ਨੇ ਹੌਲੀ ਜੀ ਕਿਹਾ ਵਰੀ ਕਰਨ ਦੀ ਲੋੜ ਨਹੀਂ ਕੁਛ ਨਹੀਂ ਹੁੰਦਾ ਦਰਸ਼ਨ ਨੇ ਉਸੇ ਪੁਰਾਣੇ ਅੰਦਾਜ਼ ਚ ਕਿਹਾ ਤੇ ਕਸ਼ ਖਿੱਚਦਾ ਰਿਹਾ ਇਸ ਤੋਂ ਬਾਅਦ ਜੈਪੁਰ ਮਿਊਜ਼ੀਅਮ ਪਹੁੰਚੇ ਗਾਈਡਾਂ ਦੀ ਇੱਕ ਟੋਲੀ ਨੇ ਸਾਨੂੰ ਘੇਰ ਲਿਆ ਸਤੀਸ਼ ਨੇ ਭਾਅ ਤੈਅ ਕਰਨ ਤੋਂ ਬਾਅਦ ਸਾਨੂੰ ਦੱਸਿਆ ਉਤਾਰ ਰੁਪਏ ਮੰਗਦਾ ਸਾਰੀਆਂ ਥਾਵਾਂ ਦਿਖਾਏਗਾ ਆਪਾਂ ਥਾਂ ਥਾਂ ਪੁੱਛਦੇ ਫਿਰਾਂਗੇ ਰਾਹਾਂ ਦੇ ਵੀ ਵਾਕਫ ਨਹੀਂ ਆ ਆਪਣੇ ਕੋਲ ਸਮਾਂ ਵੀ ਥੋੜਾ ਹੈ ਆਪਾਂ 11:30 ਵਜੇ ਦਿੱਲੀ ਵੱਲ ਵੀ ਰਵਾਨਾ ਹੋਣਾ ਹੈ ਸਤੀਸ਼ ਦੀ ਗੱਲ ਮੰਨ ਕੇ ਅਸੀਂ ਗਾਈਡ ਲੈ ਲਿਆ ਹੁਣ 6 ਜਣਿਆਂ ਦੇ ਕਾਰ 'ਚ ਬੈਠਣ ਦੀ ਸਮੱਸਿਆ ਸੀ ਟ੍ਰੈਫਿਕ ਪੁਲਿਸ ਦਾ ਡਰ ਸੀ ਦਰਸ਼ਨ ਨੇ ਇੱਕਦਮ ਵੀਟੋ ਕਰ ਦਿੱਤੀ ਗਾਈਡ ਨਹੀਂ ਲੈਣਾ ਜਦੋਂ ਅਸੀਂ ਇਕੱਲੇ ਜੈਪੁਰ ਦੇਖਣ ਤੁਰਨ ਲੱਗੇ ਤਾਂ ਗਾਈਡ ਨੇ ਇੱਕ 10-11 ਸਾਲ ਦਾ ਮੜਕੂ ਜਿਹਾ ਲੜਕਾ ਸਾਡੇ ਕੋਲ ਲਿਆ ਕੇ ਕਿਹਾ ਇਹ ਤੁਹਾਨੂੰ ਸਭ ਥਾਵਾਂ ਦਿਖਾਏਗਾ ਨਾਲ ਜਾਣਕਾਰੀ ਵੀ ਦੇਵੇਗਾ ਉਸ ਵੱਲ ਦੇਖ ਕੇ ਸਾਨੂੰ ਯਕੀਨ ਤਾਂ ਨਹੀਂ ਸੀ ਪਰ ਰਸਤੇ ਜਾਣ ਲਈ ਉਹਨੂੰ ਨਾਲ ਬਿਠਾਇਆ ਬੈਠ ਨੇ ਇਹ ਲੜਕੇ ਨੇ ਕਿਾ ਇਹ रामनिवास ਬਾਗ ਹੈ ਇਸ ਵਿੱਚ ਜੈਪੁਰ ਦੇ ਰਾਜਾਓ ਮਹਾਰਾਜਾਓਂ ਕੇ ਵਿਸ਼ਾਲ ਰੰਗਦਾਰ ਚਿੱਤਰ ਹੈ। ਅਬ ਇਹ ਮਿਊਜ਼ੀਅਮ ਬਣ ਗਿਆ ਹੈ। ਅਸੀਂ ਦੇਖਿਆ ਇਹ ਸ਼ਾਨਦਾਰ ਮਹਿਲ ਦੁੱਤੀ ਇਮਾਰਤ ਸਾਜੀ ਦਾ ਕਮਾਲ ਹੈ। ਇਹਦੇ ਅੰਦਰ ਮਹਾਰਾਜਿਆਂ ਦੇ ਵਿਸ਼ਾਲ ਚਿੱਤਰ, ਉਹਨਾਂ ਦੇ ਪਹਿਰਾਵੇ, ਗਲਿਆਂ ਚ ਪੈਨੇ ਹੀਰੇ ਮੋਤੀਆਂ ਦੇ ਹਾਰਾਂ ਦੀਆਂ ਲੜੀਆਂ ਸੱਚਮੁੱਚ ਕਲਾ ਦਾ ਉੱਚਤਮ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਸਾਡਾ ਨੰਨਾ ਗਾਈਡ ਸਾਨੂੰ ਸਰਬ ਧਰਮ ਮੰਦਿਰ ਲੈ ਗਿਆ। ਇੱਥੇ ਹਿੰਦੂ ਮੁਸਲਮਾਨ ਸਿੱਖ ਈਸਾਈ ਧਰਮ ਨਾਲ ਸੰਬੰਧਿਤ ਸਾਰੀ ਪਵਿੱਤਰ ਗ੍ਰੰਥ ਰੱਖੇ ਹੋਏ ਹਨ ਸਾਡੇ ਲਈ ਹੈਰਾਨੀ ਤੇ ਖੁਸ਼ੀ ਦੀ ਗੱਲ ਇਹ ਸੀ ਕਿ ਹੋਰ ਤਾਂ ਕਿਸੇ ਵੀ ਧਰਮ ਦਾ ਕੋਈ ਸ਼ਰਧਾਲੂ ਜਾਂ ਪੈਰੋਕਾਰ ਉੱਥੇ ਮੌਜੂਦ ਨਹੀਂ ਸੀ ਕੇਵਲ ਇੱਕ ਸਿੱਖ ਨੌਜਵਾਨ ਮੰਦਿਰ ਦੇ ਅੰਦਰ ਪੂਰੀ ਮਰਿਆਦਾ ਨਾਲ ਬੈਠਾ ਪਾਠ ਕਰ ਰਿਹਾ ਸੀ ਤੇ ਜਦੋਂ ਅਸੀਂ ਪ੍ਰਕਰਮਾ ਕਰ ਰਹੇ ਸੀ ਤੇ ਅਸੀਂ ਦੇਖਿਆ ਉਹਦਾ ਧਿਆਨ ਪਾਠ ਵੱਲ ਸੀ ਤੇ ਟੇਢੀ ਅੱਖ ਨਾਲ ਉਹ ਸਾਡੇ ਵੱਲ ਵੀ ਵੇਖ ਰਿਹਾ ਸੀ ਪਰ ਕਰਮਾਂ ਤੋਂ ਬਾਹਰ ਆ ਕੇ ਸਤੀਸ਼ ਨੇ ਕਿਹਾ ਇੱਥੇ ਦੇਖ ਲਓ ਸਾਰੇ ਧਰਮਾਂ ਦੇ ਗ੍ਰੰਥ ਪੂਰੇ ਸਲੀਕੇ ਨਾਲ ਪਏ ਨੇ ਪਰ ਇਹਨਾਂ ਦੇ ਪੈਰੋਕਾਰ ਕੀ ਕਰ ਰਹੇ ਨੇ ਅਹਮਦਾਬਾਦ ਚ ਦੇਖ ਲਓ ਉੜੀਸਾ ਚ ਦੇਖ ਲਓ ਮੁੰਬਈ ਚ ਦੇਖ ਲਓ ਅਯੁੱਧਿਆ ਚ ਦੇਖ ਲਓ ਸਤੀਸ਼ ਦੇ ਵਿਚਾਰਾਂ ਦਾ ਕਿਸੇ ਕੋਲ ਵੀ ਤੱਟ ਫੱਟ ਜਵਾਬ ਨਹੀਂ ਸੀ ਇਹਨਾਂ ਦੰਗਿਆਂ ਤੇ ਹਾਦਸਿਆਂ ਪਿੱਛੇ ਬੜਾ ਕੁਝ ਸੀ ਹੁਣ ਨਹੀਂ ਸੀ ਵਿਚਾਰਨ ਵਾਲਾ ਹੁਣ ਤਾਂ ਅਸੀਂ ਘੁੰਮਣ ਆਏ ਸੀ ਸਾਡੇ ਬਾਲ ਗਾਈਡ ਨੇ ਕਿਹਾ ਚਲਿਏ ਹਵਾ ਮਹਿਲ ਖੁੱਲ ਗਿਆ ਹੋਵੇਗਾ ਹਵਾ ਮਹਿਲ ਵੱਲ ਆਉਂਦਿਆਂ ਅਸੀਂ ਗਾਈਡ ਨੂੰ ਪੁੱਛਿਆ ਉਹ ਪੜਦਾ ਹੈ ਜਾਈ ਹੀ ਕੰਮ ਕਰਦਾ ਹੈ ਉਹਨੇ ਦੱਸਿਆ ਮੈਂ 7ਵੀਂ ਕਲਾਸ ਵਿੱਚ ਪੜhta ਹਾਂ ਛੁੱਟੀ ਵਾਲੇ ਦਿਨ ਗਾਈਡ ਦਾ ਕੰਮ ਕਰਦਾ ਹਾਂ ਬੱਚੇ ਦੇ ਬੋਲਣ ਦਾ ਢੰਗ ਵਿਹਾਰ ਤੇ ਜਾਣਕਾਰੀ ਵੇਖ ਕੇ ਅਸੀਂ ਸਾਰੇ ਹੀ ਹੈਰਾਨ ਸੀ ਹਵਾ ਮਹਿਲ ਤੱਕ ਆਉਂਦਿਆਂ ਬੱਚੇ ਨੇ ਦੱਸ ਦਿੱਤਾ ਸੀ ਇਹ 1799 ਵਿੱਚ ਮਹਾਰਾਜਾ ਪ੍ਰਤਾਪ ਸਿੰਘ ਨੇ ਉਸਾਰਿਆ ਸੀ ਇਸ ਮਹਿਲ ਦੀਆਂ ਸਾਰੀਆਂ ਮੰਜ਼ਲਾਂ 'ਚ ਝਿਰੋਖੇ ਰੱਖੇ ਹੋਏ ਹਨ ਇਨ੍ਹਾਂ ਝਿਰੋਖਿਆਂ ਵਿੱਚੋਂ ਦੀ ਹਵਾ ਆਉਂਦੀ ਹੈ ਉਸੇ ਸਮੇਂ ਦੀਆਂ ਰਾਣੀਆਂ ਮਹਾਰਾਣੀਆਂ ਨਾਚ ਰੌਖਿਆਂ ਵਿੱਚੋਂ ਦੀ ਸ਼ਾਹੀ ਸਮਾਰੋਹ ਤੇ ਸ਼ਾਹੀ ਜਲੂਸ ਦੇਖਿਆ ਕਰਦੀਆਂ ਹਨ ਹਵਾ ਮਹਿਲ ਦੇ ਸਾਹਮਣੇ ਹਿੱਸਾ ਸਾਹਮਣਾ ਹਿੱਸਾ ਕ੍ਰਿਸ਼ਨ ਜੀ ਦੇ ਮੁਕਟ ਦਾ ਪ੍ਰਤੀਰੂਪ ਹੈ ਅਸੀਂ ਸਾਰਾ ਹਵਾ ਮਹਿਲ ਘੁੰਮਿਆ ਉੱਪਰ ਤੱਕ ਗਈ ਇਮਾਰਤ ਬਾਜ਼ੀ ਤੇ ਬੇਹਤ ਕਮਾਲ ਦੀ ਹੈ ਗੁਰ ਇਕਬਾਲ ਨੇ ਆਪਣੀ ਖੋਜ ਬਿਰਤੀ ਨੂੰ ਸੁਚੇਤ ਕੀਤਾ ਇਥਾਂ ਹਵਾ ਮਹਿਲ ਦੇ ਵਿਹੜੇ 'ਚ ਖੜ ਕੇ ਟਿੱਪਣੀ ਕੀਤੀ ਉਸ ਵੇਲੇ ਦੇ ਮਹਾਰਾਜਿਆਂ ਦੀ ਸਾਇਕੀ ਕਿਤੇ ਇਹ ਤਾਂ ਨਹੀਂ ਸੀ ਵੀ ਸਾਡੀਆਂ ਰਾਣੀਆਂ ਨੂੰ ਬਾਹਰ ਦਾ ਵਿਅਕਤੀ ਕੋਈ ਤੱਕੀ ਨਾ ਸਕੇ ਹਾਂ ਜੇ ਕਦੇ ਰਾਣੀਆਂ ਬੋਰ ਹੋ ਜਾਣ ਤਾਂ ਭਾਵੇਂ ਚ ਰੋਖਿਆਂ ਵਿੱਚੋਂ ਦੀ ਕਦੇ-ਕਦੇ ਬਾਹਰ ਝਾਂਕ ਲੈਣ ਸਤੀਸ਼ ਨੇ ਵੇੜੇ 'ਚ ਬਣਿਆ ਸੁੱਕਾ ਤਲਾਬ ਵੇਖ ਕੇ ਕਿਹਾ ਕੀ ਪਤਾ ਇੱਥੇ ਕਦੀ ਮਹਾਰਾਜਾ ਪ੍ਰਤਾਪ ਸਿੰਘ ਆਪਣੀਆਂ ਰਾਣੀਆਂ ਜਾਂ ਰਖੇਲਾਂ ਨਾਲ ਕੈਂਡਲ ਬਾਤ ਕਰਦਾ ਹੋਵੇ ਤੇ ਅੱਜ ਦੇ ਕਿਸੇ ਨਵਾਬੀ ਸ਼ੌਕ ਰੱਖਦੇ ਵਾਈਸ ਚਾਂਸਲਰ ਵਾਂਗ ਆਨੰਦ ਮਾਣਦਾ ਹੋਵੇ ਸਤੀਸ਼ ਦੀ ਗੱਲ ਨਾਲ ਮੈਂ ਵਰਤਮਾਨ ਜੋੜ ਦਿੱਤਾ ਦਰਸ਼ਨ ਗਿੱਲ ਨੇ ਸਾਡੀ ਗੱਲ 'ਚ ਦਖਲ ਨਹੀਂ ਦਿੱਤਾ ਉਪਾਵ ਕੋਇਆ ਹਵਾ ਮਹਿਲ ਨੂੰ ਪੂਰੀ ਗੰਭੀਰਤਾ ਨਾਲ ਨਿਹਾਰ ਰਿਹਾ ਸੀ ਜੈਪੁਰ ਵਿੱਚ ਹੋਰ ਅਨੇਕਾਂ ਮਹਿਲ ਸਿਟੀ ਗੇਟ ਸਿਟੀ ਪੈਲੈਸ ਤੇ ਚੰਦਰ ਮਹਿਲ ਹਨ ਮੈਂ ਨਹੀਂ ਚਾਹੁੰਦਾ ਇਥੇ ਸਭਨਾਂ ਦੇ ਵੇਰਵੇ ਦੇਵਾਂ ਰਾਜਿਆਂ ਮਹਾਰਾਜਿਆਂ ਦੀ ਮਾਨਸਿਕਤਾ ਤੇ ਸੁਭਾ ਹਵਾ ਮਹਿਲ ਜਲ ਮਹਿਲ ਪੀਕਾਕ ਗੇਟ ਰਾਮ ਬਾਗ ਪੈਲੈਸ ਰਾਣੀ ਬਾਗ ਤੇ ਜੰਤਰ ਮੰਤਰ ਇਹਨਾਂ ਦੇ ਹਰ ਮਹਿਲਾਂ ਚ ਤਲਾਬ ਤੇ 12 ਦਰਿਆ ਤੋਂ ਪਿਛਾੜਿਆ ਜਾ ਸਕਦਾ ਹੈ ਸਿਆਣੇ ਬਜ਼ੁਰਗ ਆਖਦੇ ਨੇ ਤਕੜੇ ਦੀ ਵਡਿਆਈ ਕੀ ਤੇ ਮਾੜੇ ਦੀ ਨਿੰਦਿਆ ਕੀ ਜੈਪੁਰ ਵਿੱਚ 来 ਸਾਰਾ ਜਲੌਅ ਵੇਖ ਕੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਤਾਜਮਹਿਲ ਬਾਰੇ ਲਿਖੀ ਕਵਿਤਾ ਯਾਦ ਆ ਰਹੀ ਹੈ ਕੀ ਇਹ ਹੁਸਨ ਹੁਸਨ ਹੈ ਸੱਚਮੁੱਚ ਜਉਂ ਜਈ ਛਲਦਾ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪੜਦਾ ਅੱਜ ਇਹਨਾਂ ਖੂਬਸੂਰਤ ਥਾਵਾਂ ਨੂੰ ਦੇਖਣ ਆਏ ਟੂਰਿਸਟੇ ਭੁੱਲੀ ਜਾਂਦੇ ਹੋਣਗੇ ਇਹਨਾਂ ਨੂੰ ਬਣਾਉਣ ਵਾਲੇ ਕਾਰੀਗਰਾਂ ਕਲਾਕਾਰਾਂ ਤੇ ਮਜ਼ਦੂਰਾਂ ਤੋਂ ਜ਼ਬਰਦਸਤੀ ਕਿੰਨੀ ਵਗਾਰ ਕਰਾਈ ਹੋਏਗੀ ਕਿੰਨਾ ਉਹਨਾਂ ਉੱਪਰ ਤਸ਼ੱਦਦ ਕੀਤਾ ਹੋਏਗਾ ਤੇ ਉਹ ਲੋਕ ਆਪਣਾ ਸੁੱਖ ਆਰਾਮ ਛੱਡ ਕੇ ਮਹੀਨਿਆਂ ਦੇ ਮਹੀਨੇ ਵਰਿਆਂ ਦੇ ਵਰੇ ਇਹਨਾਂ ਮਹਾਰਾਜਿਆਂ ਦੀ ਸੇਵਾ 'ਚ ਲੱਗੇ ਰਹੇ ਹੋਣਗੇ। ਜੈਪੁਰ 'ਚ ਹੋਰ ਵੀ ਮੰਦਰ ਤੇ ਸ਼ੀਸ਼ ਮਹਿਲ ਹਨ। ਦਿੱਲੀ ਵੱਲੋਂ ਆਈਏ ਤਾਂ ਸ਼ਹਿਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਸੱਜੇ ਹੱਥ ਦੀਸਤੀ ਪਹਾੜੀ ਉੱਪਰ ਪ੍ਰਸਿੱਧ ਇਤਿਹਾਸਿਕ ਕਿਲਾ ਅਮੀਰ ਹੈ। ਇਹ ਸੰਦਰ ਸੁਆਈ ਰਾਜਾ ਮਾਨ ਸਿੰਘ ਦੇ ਮਹਿਲ ਹਨ। ਰਾਜਾ ਮਾਨ ਸਿੰਘ ਅਕਬਰ ਦੀਆਂ ਫੌਜਾਂ ਦੇ ਕਮਾਂਡਰ ਦਾ ਮੁਖੀ ਸੀ। ਇਹ ਕਿਲੇ ਨੂੰ ਦੇਖਣ ਲਈ ਵਦੇਸ਼ੀਆਂ ਵਿਦੇਸ਼ੀਆਂ ਦੇ ਭੇੜ ਹਰ ਸਮੇਂ ਰਹਿੰਦੀ ਹੈ। ਜੈਪੁਰ ਸ਼ਹਿਰ ਦਾ ਅੰਦਰੂਨੀ ਹਿੱਸਾ ਪੂਰਾ ਗੁਲਾਬੀ ਰੰਗ ਦਾ ਹੈ। ਕੋਠੀਆਂ, ਦੁਕਾਨਾਂ, ਬਾਜ਼ਾਰਾਂ ਤੇ ਮਕਾਨਾਂ ਦੇ ਰੰਗ ਗੁਲਾਬੀ ਹਨ। ਇਸੇ ਕਰਕੇ ਇਹਨੂੰ ਪਿੰਕ ਸਿਟੀ ਵੀ ਕਿਹਾ ਜਾਂਦਾ ਹੈ। ਸਾਡਾ ਗਾਈਡ ਬੱਚਾ بڑا ਸਮਝਦਾਰ ਨਿਕਲਿਆ। ਆਪਣਾ ਕਮਿਸ਼ਨ ਬਣਾਉਣ ਲਈ ਉਹਨੇ ਸਾਨੂੰ ਰਾਣੀ ਦਾ ਹਸਤਕਲਾ ਦਾ کارਖਾਨਾ ਵੀ ਦਿਖਾਇਆ ਤੇ ਕੁਝ ਖਰੀਦਣ ਲਈ ਵੀ ਉਕਸਾਇਆ। ਸतीश ਨੇ ਆਪਣੀ ਬੇਟੀ ਲਈ ਲਹਿੰਗਾ ਖਰੀਦਿਆ ਗੁਰਇਕਬਾਲ ਤੇ ਦਰਸ਼ਨ ਨੇ ਵੀ ਖਰੀਦੋ ਫਰੋਕਤ ਕੀਤੀ ਤੇ ਮੈਂ ਵੀ ਪਲਵਾਨੀ ਗੇੜਾ ਦੇ ਕੇ ਬਾਹਰ ਆ ਗਿਆ ਚੀਜ਼ ਮਹਿੰਗੀ ਵੀ ਹੋਵੇ ਦਰਸ਼ਨ ਤਾਂ ਛੱਟ ਰੁਪਈਆ ਨੂੰ ਡਾਲਰਾਂ ਨਾਲ ਤਕਸੀਮ ਕਰਕੇ ਵੇਖ ਲੈਂਦਾ ਸੀ ਉਹਨੂੰ ਇਸ ਢੰਗ ਨਾਲੇ ਬੜੀਆਂ ਸਸਤੀਆਂ ਆ ਜਾਂਦੀਆਂ ਸੀ ਤੇ ਸਤੀ ਸ਼ੁੰਜ ਪਿਤਰੀ ਮੂਹ ਕਾਰਨ ਮਜਬੂਰ ਸੀ ਉਹਨੇ ਕਿਹਾ ਜੇ ਕੁਝ ਲੈ ਕੇ ਨਾ ਗਿਆ ਬੇਟੀ ਨੇ ਤਾਂ ਘਰ ਨਹੀਂ ਵੜਨ ਦੇਣਾ ਗੁਰੀ ਇਕਬਾਲ ਨੇ ਮੈਨੂੰ ਕਿਹਾ ਤੂੰ ਵੀ ਖਰੀਦਿਆ ਕੁਝ ਮੈਂ ਕਿਹਾ ਮੁੱਗਿਓ ਖਰੀਦ ਕੇ ਦੇਾਂਗੇ ਆਖ ਦੇਾਂਗੇ ਜੈਪੁਰ ਏਮਪੋਰੀਅਮ ਚੋਂ ਲਿਆਂਦਾ ਉਹਨਾਂ ਨੂੰ ਸੁਪਨਾ ਆਉਂਦਾ ਕਰਦਿਆਂ ਨਾਲ ਵੀ ਠੱਗੀ ਸਤੀਸ਼ ਹਸਿਆ ਇਹ ਠੱਗੀ ਥੋੜਾ ਹੀ ਹੈ ਜਿਹੜਾ ਲਹਿੰਗਾ ਤੂੰ 700 ਦਾ ਲਿਆ ਮੋਗੇ 150 ਦਾ ਹੋਣਾ ਮੇਰੀ ਗੱਲ ਸੁਣ ਕੇ ਦਰਸ਼ਨ ਨੇ ਕਿਹਾ ਇਟ ਮੇਬੀ ਹੀ ਇਜ਼ ਰਾਈਟ ਛੋਟੇ ਗਾਈਡ ਤੋਂ ਛੁੱਟੀ ਲੈ ਕੇ ਪੌਣੇ 12 ਵਜੇ ਅਸੀਂ ਜੈਪੁਰ ਪਿੰਕ ਸਿਟੀ ਨੂੰ ਹਲਵੇ ਦਾ ਆਖ ਦਿੱਤੇ ਸ਼ਹਿਰ ਦੇ ਆਖਰੀ ਦਰਵਾਜ਼ੇ ਦੇ ਲੱਗੇ ਹੀ ਬਾਹਰ ਨੈਸ਼ਨਲ ਹਾਈਵੇ ਨੰਬਰ 8 ਉੱਪਰ ਸ਼ੇਰੇ ਪੰਜਾਬ ਢਾਬੇ ਉੱਪਰ ਰੋਟੀ ਖਾਣ ਲਈ ਰੁੱਕ ਗਏ ਜੈਪੁਰ ਦੀਆਂ ਕਚੌਰੀਆਂ ਦੀ ਸਤਿਸ਼ ਨੇ ਬਹੁਤ ਸਿੱਖਤ ਕੀਤੀ। ਤੁਰੇ ਆਉਂਦੇ ਆ ਉਹਨੇ ਖਰੀਦ ਵੀ ਲਈਆਂ। ਹੁਣ ਅਸੀਂ ਲੰਚ ਬ੍ਰੈਕਫਾਸਟ ਸਾਂਝਾ ਹੀ ਕਰ ਰਹੇ ਹਾਂ। ਖਾਣਾ ਖਾ ਕੇ ਦਰਸ਼ਨ ਨੇ ਜੈਪੁਰ ਦੇ ਪ੍ਰਵੇਸ਼ ਦੁਆਰ ਦੀ ਫੋਟੋ ਲਈ। ਹੁਣ ਮਨ ਤੇ ਤਨ ਦੋਵੇਂ ਤ੍ਰਿਪਤ ਸਨ। ਸੜਕ ਵੀ ਅੱਗੋਂ 4 ਲੇਨ ਸੀ। ਬਾਹਰ ਭਾਵੇਂ ਗਰਮੀ ਸੀ। ਕਾਰ ਦੇ AC ਕਾਰਨ ਤਾਂ ਅੰਦਰ ਨਵੰਬਰ ਮਹੀਨੇ ਵਰਗਾ ਮੌਸਮ ਸੀ। ਕਾਰ 'ਚ ਬੈਠਣ ਤੋਂ ਪਹਿਲਾਂ ਦਰਸ਼ਨ ਨੇ ਅਮੀਰ ਕਿਲੇ ਵੱਲ ਉੱਚੀ ਬਾਜ਼ ਚੁੱਕ ਕੇ ਪਤਾ ਨਹੀਂ ਰਾਜਾ ਮਾਨ ਤੋਂ ਵਦਾਈ ਲਈ ਜਾਂ ਉਹਨੂੰ ਚੈਲੰਜ ਕੀਤਾ ਫਿਰ ਬੋਲੇ ਲੈਟਸ ਗੋ ਟੂ ਦਿੱਲੀ ਯਾ ਅੱਗੇ ਮੰਡਾਰਪੁਰ ਟੋਲ ਟੈਕਸ ਨਾਕ ਹੈ ਇੱਥੋਂ ਦਿੱਲੀ 209 ਕਿਲੋਮੀਟਰ ਹੈ ਬੋਰਡ ਪੜ੍ਹ ਕੇ ਗੁਰਿਕਬਾਲ ਨੇ ਟਿੱਪਣੀ ਕੀਤੀ ਅੱਗੇ ਬਸ ਹੁਣ ਤਾਂ ਆ ਦਿੱਲੀ ਖੜੀ ਹੈ ਭਾਵੇਂ ਨੀਲਾ ਸਿੰਘ ਵਾਲੀ ਟੋਨਿਕ ਸਾਡੇ ਕੋਲ ਨਹੀਂ ਸੀ ਫਿਰ ਵੀ ਜਿਵੇਂ ਜਿਵੇਂ ਦਿੱਲੀ ਤੇ ਪੰਜਾਬ ਦੇ ਨੇੜੇ ਨੇੜੇ ਹੋ ਰਹੇ ਸੀ ਥੱਕੇ ਸਰੀਰ ਵਿੱਚ ਚੜਦੀਆਂ ਕਲਾਂਜ ਹੋ ਰਹੇ ਸਨ शाहपुर पावटा कोटपुतली ਲੰਘਦੇ ਪਾਉਣੇ 1 ਵਜੇ ਅਸੀਂ अलवर ਜ਼ਿਲ੍ਹੇ ਦੀ ਹੱਦ ਅੰਦਰ ਪ੍ਰਵੇਸ਼ ਕਰ ਗਏ 메ਨ ਨੈਸ਼ਨਲ ਹਾਈਵੇ ਤੋਂ अलवर 58 ਕਿਲੋਮੀਟਰ ਪਾਸੇ ਰਹਿ ਜਾਂਦਾ ਹੈ ਸੜਕ ਦੀ ਖੂਬਸੂਰਤੀ ਵੇਖ ਕੇ ਸਤਿਸ਼ਣੇ ਗਿਆ ਇਹੋ ਜੀ ਸੜਕ ਲਈ ਤਾਂ ਟੋਲ ਟੈਕਸ ਦੇਣਾ ਵੀ ਮਹਿੰਗਾ ਨਹੀਂ ਹੈ ਤੇ ਪੂਰੇ ਸਵਾ 1 ਵਜੇ ਅਸੀਂ ਹਰਿਆਣਾ ਰਾਜਸਥਾਨ ਦੇ ਬਾਰਡਰ ਤੇ ਸਾਂ ਧੰਨਵਾਦ ਚਲਦਾ